ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਇਆ ਧਾਕੜ ਅਫਸਰ, ਹਫ਼ਤਾ ਪਹਿਲਾਂ ਹੀ ਅਜੇ ਆਮ ਆਦਮੀ ਪਾਰਟੀ ਕੀਤੀ ਸੀ ਜੁਆਇਨ। ਤੁਹਾਨੂੰ ਦੱਸ ਦੇ ਕਿ ਧਾਕੜ ਅਫਸਰ ਦੇ ਨਾਲ ਮਸ਼ਹੂਰ ਜਾਣਿਆ ਜਾਂਦਾ ਡਾਕਟਰ ਲਖਵੀਰ ਸਿੰਘ ਨੂੰ ਤਾਂ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਰੇਡਾਂ ਮਾਰ ਕੇ ਮਿਲਾਵਟਖੋਰਾਂ ਦੀ ਰੇਲ ਬਣਾ ਰਿਹਾ ਸੀ, ਅਤੇ ਬੀਤੇ ਦਿਨੀ ਇਹਨਾਂ ਦੇ ਵੱਲੋਂ ਸਿਆਸਤ ਦੇ ਵਿੱਚ ਜਾਣ ਦੇ ਲਈ ਆਪਣੀ ਸਰਕਾਰੀ ਨੌਕਰੀ ਤੋਂ ਰਿਟਾਇਰਮੈਂਟ ਲਈ ਅਤੇ ਥੋੜ੍ਹੇ ਚਿਰਾਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ। ਲੇਕਿਨ ਹੁਣ ਉਸ ਵੇਲੇ ਵੱਡੀ ਹਲਚਲ ਦੇਖਣ ਨੂੰ ਮਿਲੀ ਜਦੋਂ ਇਹਨਾਂ ਦੇ ਵੱਲੋਂ ਹਫ਼ਤਾ ਪਹਿਲਾਂ ਜੁਆਇਨ ਕੀਤੀ ਆਮ ਆਦਮੀ ਪਾਰਟੀ ਛੱਡੀ ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ, ਅਤੇ ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਖੁਦ ਜਲੰਧਰ ਦੇ ਵਿੱਚ ਸਰੋਪਾ ਪਾ ਕੇ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ। ਤਾਂ ਇਸ ਮੌਕੇ ਧਾਕੜ ਅਫਸਰ ਨੇ ਦੱਸਿਆ ਕਿ ਕਿਉਂ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਿਆ ਗਿਆ। ਆਮ ਆਦਮੀ ਪਾਰਟੀ ਜਿਹੜਾ ਜਿਹਨਾਂ ਦੀ ਸਰਕਾਰ ਦੇਖੀ ਹੈ ਉਹਨਾਂ ਦਾ ਵੀ ਰੁਝਾਨ, ਉਹਨਾਂ ਦੇ ਨਾਲ ਵੀ ਜੋਬ ਕੀਤੀ ਹੈ, ਕੰਮ ਕੀਤਾ ਵਰਕ ਲਗਭਗ 3.5 ਸਾਲ ਡੀ ਐਚ ਓ ਸ਼ਿਫਟ ਦਾ ਪੀਰੀਅਡ ਬਤਾਇਆ, ਤੇ ਇਹ ਤੋਂ ਬਾਅਦ ਵੈਸੇ ਡੀ ਐਚ ਓ ਬਹੁਤਾ ਕੱਢਦੇ ਨੇ ਟਾਈਮ, ਇੰਨਾ ਵੀ ਟਾਈਮ ਕੱਢਦੇ ਸਨ। ਇਸ ਪੀਰੀਅਡ ਵਿੱਚ ਮੈਂ ਜਿਹੜਾ ਮੇਰਾ ਸਿਰਫ ਆਹ ਯੂਟਿਊਬ ਫੇਸਬੁੱਕ ਮੇਰਾ ਤਾਂ ਦੇਖਦੇ ਨੇ ਸਾਰੇ, ਇੱਕ ਤਾਂ ਦੇਖਦਾ ਜੀ, ਇਹ ਤਾਂ ਹੈ ਜੀ ਵੀ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਹੀ ਦੇਖਦੇ ਆ, ਪਰ ਮਤਲਬ ਨਿਗਾਹ ਕਿੰਨੀ ਫੋਕਸ ਕਿੰਨੇ ਨੇ। ਔਰ ਮੈਂ ਉਹਦੇ ਚ ਦੇਖਿਆ ਵੀ ਇੱਕ ਬੰਦਿਆਂ ਨੂੰ ਮਿਲਣ ਵਾਸਤੇ ਉਪਰਾਲੇ ਕਰਕੇ ਵੀ ਤੁਸੀਂ ਮਿਲ ਨਹੀਂ ਸਕਦੇ, ਇਹ ਮੇਰੀ ਨਿੱਜੀ ਫੀਲਿੰਗ ਹੈ ਜੋ ਮੈਂ ਹੰਡਾਇਆ। ਤੇ ਇੱਕ ਉਹ ਸਮਾਂ ਵੀ ਦੇਖਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਾਡੇ ਬਹੁਤ ਹੀ ਮੇਰੇ ਸਤਿਕਾਰਕ ਸ਼ਖਸੀਅਤ ਜਿਹੜੇ, ਬਈ ਅਸੀਂ ਸੰਗਤ ਦਰਸ਼ਨ ਚ ਮੇਰੀ ਉਦੋਂ ਵੀ ਕਈ ਵਾਰ ਡਿਊਟੀ ਹੁੰਦੀ ਸੀ, ਸਾਨੂੰ ਸੈਂਪਲ ਲੈਣੇ, ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਮੇਰੇ ਲਈ ਬਹੁਤ ਹੀ ਸਤਿਕਾਰ ਜੋ ਸਾਡੇ ਤਾਂ ਬਾਪ ਸਮਾਨ ਆ, ਉਹਨਾਂ ਦੇ ਕਾਪੀ ਦਾ ਇੱਕ ਵਾਰ ਸੈਂਪਲ ਲੈਣਾ ਸੀ, ਸ਼੍ਰੋਮਣੀ ਕਮੇਟੀ ਇਲੈਕਸ਼ਨ ਸੀ, ਖਾਲਸਾ ਕਾਲਜ ਗਾਂਧੀ ਵਾਲਿਆਂ ਦੇ ਜੋ ਬੈਠੇ ਸੀ, ਮੈਂ ਥੋੜੇ ਸਮੇਂ ਲਈ ਚਲਾ ਗਿਆ, ਤੇ ਉਹ ਕਾਪੀ ਜਿੰਨਾ ਚਿਰ ਅਸੀਂ ਸਰਟੀਫਾਈ ਨਹੀਂ ਕਰਦੇ ਉਹਨਾਂ ਚਿਰ ਪਾਉਂਦੇ ਨਹੀਂ, ਸਿਕਿਉਰਿਟੀ ਦਾ ਵੀ ਜੋ ਪ੍ਰੋਟੋਕੋਲ ਆ ਉਹਦੇ ਵਿੱਚ ਜਦੋਂ ਆਇਆ ਮੈਂ ਤੇ ਵੱਡੇ ਬਾਦਲ ਸਾਹਿਬ ਨੇ ਕਿਹਾ ਉਹ ਡਾਕਟਰ ਸਾਹਿਬ ਕਿੱਥੇ ਚਲ ਗਏ ਸੀ, ਮੁੰਡੇ ਤਾਂ ਮੈਨੂੰ ਕਾਫੀ ਨਹੀਂ ਚਲਾਉਂਦੇ ਸੀ, ਪਰ ਇੰਨੀ ਦਿਲੀ ਸਾਂਝ ਪਾਉਂਦੇ ਸੀ ਉਹ ਹਰ ਬੰਦੇ। ਮੈਂ ਹੈਲੀਪੈਡ ਤੇ ਵੀ ਦੇਖਿਆ ਵੀ ਜਿੱਦਾਂ ਕਈ ਵਾਰੀ ਅਸੀਂ ਖੜੇ ਹੋਣਾ ਉਹ ਮੁੰਡੇ ਤੁਸੀਂ ਖਾਣਾ ਖਾ ਲਿਆ ਬਈ ਖੜੇ ਆ ਕਿੰਨੇ ਚਿਰ, ਮਤਲਬ ਇਹ ਸਾਂਝ ਜਿਹੜੀ ਪਰਿਵਾਰਕ ਸਾਂਝ ਮੈਂ ਦੇਖੀ ਹੈ, ਔਰ ਉਹਦਾ ਜਿਹੜਾ ਪ੍ਰਗਟਾਵਾ ਅੱਗੇ ਮੈਂ ਦੇਖਿਆ ਉਹ ਤੋਂ ਅੱਗੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਕੋਲ ਬੈਠੇ ਆ, ਮੈਂ ਦੇਖਿਆ ਵੀ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਮੇਰੇ ਕਮਲ ਚੇਤਰੀ ਜੀ ਜਿਹੜੇ ਬੈਠੇ ਆ, ਇਹਨਾਂ ਦਾ ਮੈਨੂੰ ਫੋਨ ਗਿਆ ਵੀ ਡਾਕਟਰ ਸਾਹਿਬ ਤੁਹਾਨੂੰ ਪ੍ਰਧਾਨ ਜੀ ਮਿਲਣਾ ਚਾਹੁੰਦੇ ਆ, ਤੇ ਮੈਨੂੰ ਤਾਂ ਬੜੀ ਖੁਸ਼ੀ ਹੋਈ, ਮੈਨੂੰ ਹੋਰ ਇਹ ਤੋਂ ਵੱਡੀ ਕੀ ਗੱਲ ਲੱਗਣੀ, ਮੈਂ ਤਾਂ ਪਿੰਡੋ ਜਿਹਾ ਬੰਦਾ, ਭਾਵੇਂ ਮੈਂ ਜੋਬ ਕੀਤੀ ਕਲਾਸ ਵਨ ਅਫਸਰ, ਪਰ ਇੱਕ ਸ਼੍ਰੋਮਣੀ ਅਕਾਲੀ ਦਲ ਪ੍ਰੈਜੀਡੈਂਟ ਪ੍ਰਧਾਨ ਡਿਪਟੀ ਸੀਐਮ ਰਹੇ, ਉਹ ਤੁਹਾਨੂੰ ਕਹਿਣ ਬੁਲਾ ਰਹੇ ਆ, ਆਪ ਬੁਲਾ ਰਹੇ, ਔਰ ਜਦੋਂ ਘਰ ਗਏ ਆ ਮਿਲਣੀ ਹੋਈ ਆ, ਮੈਂ ਕੁਛ 3 ਵਾਰ ਗੱਲ ਕੀਤੀ ਹੈ, ਤੁਹਾਨੂੰ ਇਹਦੇ ਵਿੱਚ ਰਿਫਲੈਕਟ ਹੋ ਜਾਏਗਾ ਵੀ ਕਿੱਦਾਂ ਦਾ ਰਵੱਈਆ ਇਹਨਾਂ। ਔਰ ਜਿਹੜਾ ਉਹਦੇ ਵਿੱਚ ਇਹਨਾਂ ਨੇ ਕਿਹਾ, ਬੈਠੇ ਸੀ ਚੇਤਲੀ ਸਾਹਿਬ ਵੀ, ਹੋਰ ਵੀ ਬੜੇ ਸਾਥੀ ਬੈਠੇ ਸੀ, ਉਹਨਾਂ ਵਿੱਚ ਇਹਨਾਂ ਨੇ ਕਿਹਾ ਡਾਕਟਰ ਸਾਹਿਬ ਮੈਂ ਤੁਹਾਨੂੰ ਖੁਦ ਮਿਲਾਇਆ 3 ਟਾਈਮ, ਮਤਲਬ ਮੇਰੇ ਸਾਰੇ ਸਵਾਲਾਂ ਦਾ ਉੱਤਰ ਉਹਦੇ ਵਿੱਚ ਸੀਗਾ ਵੀ ਜਦੋਂ ਕਹਿੰਦੇ ਡਾਕਟਰ ਸਾਹਿਬ, ਮਤਲਬ ਕਹਿਣ ਦਾ ਮਤਲਬ ਵੀ ਤੁਹਾਨੂੰ ਸੋਚਣ ਦੀ ਲੋੜ ਨਹੀਂ, ਤੁਹਾਡੀ ਕੋਈ ਪ੍ਰੋਬਲਮ ਨਹੀਂ ਹੈਗੀ, ਮੈਂ ਤੁਹਾਨੂੰ ਖੁਦ ਬੁਲਾਇਆ।
ਸੋ ਇਹ ਜਿਹੜੀ ਗੱਲ ਇਹਦੇ ਵਿੱਚ ਹੈ, ਜਦੋਂ ਮੈਨੂੰ ਇਸ ਪੀਰੀਅਡ ਦੇ ਵਿੱਚ ਚੇਤਰੀ ਸਾਹਿਬ ਨਾਲ ਮੈਂ ਗੱਲ ਕੀਤੀ, ਬੜੇ ਬਾਦਲ ਸਾਹਿਬ ਦਾ ਮੈਂ ਜ਼ਿਕਰ ਕਰਨਾ, ਉਹਨਾਂ ਨੂੰ ਨਮਨ ਕਰਨਾ, ਉਹਨਾਂ ਨੂੰ ਪ੍ਰਣਾਮ ਕਰਨਾ ਮੈਂ ਜ਼ਰੂਰੀ ਸਮਝਦਾ। ਅੱਜ ਮੈਨੂੰ ਬਹੁਤ ਖੁਸ਼ੀ ਆ ਅੰਦਰੋਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਚ ਜੋ ਪਹਿਲਾਂ ਹੀ ਉਹ ਉਹਨਾਂ ਨੇ ਕਿਹਾ, ਅਸੀਂ ਦਿੱਤਾ ਆਪਣੇ ਸਪੀਚ ਵਿੱਚ ਜਿਹੜੀ ਗੱਲ ਕੀਤੀ ਹੈ ਸ਼ੇਅਰ, ਵੀ ਇਹ ਇੱਕ ਪਰਿਵਾਰਕ ਹੈ, ਪਰਿਵਾਰ ਨਾਲ ਵਿਚਰਦੀ ਆ, ਫੈਮਿਲੀ ਮਾਨ, ਤੁਹਾਨੂੰ ਹੋਮਲੀ ਜਿਹਾ ਫੀਲ ਹੁੰਦਾ। ਮੈਂ ਜਿੱਦਾਂ ਵੀ ਜਾ ਕੇ ਆਇਆ ਚੇਤਰੀ ਸਾਹਿਬ ਨਾਲ, ਬਾਅਦ ਚ ਵੀ ਜਾਣੇ ਆ, ਔਰ ਇੰਨਾ ਕੁ ਪਿਆਰ ਮਿਲਿਆ, ਮੈਂ ਆਪਣੇ ਜਾ ਕੇ ਪਰਿਵਾਰ ਚ ਸਾਂਝ ਪਾਈ, ਮੈਨੂੰ ਮਜ਼ਾ ਆ ਗਿਆ, ਬਹੁਤ ਮਜ਼ਾ ਆਇਆ। ਮਤਲਬ ਤੁਸੀਂ ਯਕੀਨ ਮੰਨੋ, ਮੈਂ ਇੱਥੋਂ ਤੱਕ ਖੁਸ਼ੀ ਚ ਕਿਹਾ, ਮੇਰੇ ਨਾ ਅੱਖਾਂ ਚੋਂ ਮਤਲਬ ਆਸੂ ਵੀ ਆ ਗਏ, ਮਤਲਬ ਉਸ ਵੇਲੇ ਵੀ ਯਾਰ ਇੰਨਾ ਪਿਆਰ ਦਿੱਤਾ, ਇੰਨਾ ਇੰਨਾ ਆਉਣ ਦਿੰਦਾ ਕੋਈ, ਜਿੱਦਾਂ ਵੱਡੇ ਭਰਾਵਾਂ ਤੋਂ ਵੀ ਵੱਧ ਪਿਆਰ ਮਿਲਿਆ। ਸੋ ਉਹਦੇ ਤੋਂ ਬਾਅਦ ਮੇਰਾ ਜਿਹੜਾ ਮੈਨੂੰ ਇੱਦਾਂ ਲੱਗਿਆ, ਕਿਉਂਕਿ ਮੈਂ ਮਾਤਾ ਪਹਿਲੇ ਫੂਡ ਸੇਫਟੀ ਤੇ ਕੰਮ ਕਰਕੇ, ਫੂਡ ਸੇਫਟੀ ਤੇ ਜਿੰਨਾ ਚਿਰ ਕੰਮ ਕੀਤਾ, ਔਰ ਟੋਟਲੀ ਓਨੈਸਟੀ ਕੀਤਾ, ਔਰ ਮੈਂ ਇਹਦੇ ਇੰਨਾ ਜ਼ੋਰ ਕਹਿੰਦਾ ਕਿ ਜਿਹੜੀ ਇਹ ਹਿਸਟਰੀ ਆ, ਔਰ ਜਿਹੜੀ ਹਿਸਟਰੀ ਆ ਜੋ ਮੈਂ ਲਿਖੀ ਤੇ ਉਹ ਇੰਪਲਾਈਜ਼ ਵਾਸਤੇ, ਜੇ ਪੰਜਾਬ ਦਾ ਕੋਈ ਮੁਲਾਜ਼ਮ ਵਰਗ ਖੁਸ਼ ਹੈ ਤਾਂ ਇਹ ਜ਼ਰੂਰ ਕਹਿੰਦਾ ਓਪਨਲੀ, ਸੋਚ ਓਪਨਲੀ ਇਹ ਗੱਲ ਕਹਿੰਦਾ, ਕਲੇਮ ਕਰਦਾ ਕਿ ਬਾਦਲ ਸਰਕਾਰ ਨੇ ਦਿੱਤਾ ਜੋ ਕੁਛ, ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਬਾਦਲ ਸਾਹਿਬ ਦੇ ਬਾਰੇ ਚ, ਕਿਉਂਕਿ ਮੈਂ ਜੋ ਸਿਸਟਮ ਆ ਸਾਡਾ ਜੋ ਇੱਥੇ, ਇਹਦੇ ਵਿੱਚ ਮੈਂ ਦਲਿਤ ਸਮੁਦਾਇ ਨੂੰ ਬਿਲੋਂਗ ਕਰਦਾ, ਕਿਉਂਕਿ ਮੈਂ ਐਸ ਸੀ ਸ਼ਡਿਊਲ ਕਾਸਟ ਵਰਗ ਜਿਹਨੂੰ ਕਹਿੰਦੇ ਹਾਂ, ਜਾਂ ਉਹ ਹੈ, ਮੈਂ ਉਹਨੂੰ ਬਿਲੋਂਗ ਕਰਦਾ। ਔਰ ਮੈਂ ਇਸ ਸਮੇਂ ਚ ਦੇਖਿਆ ਜਿਹੜਾ ਖਾਸ ਕਰਕੇ, ਕਿਉਂਕਿ ਸਾਰੇ ਹੀ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਗੁਰੂਆਂ ਪੀਰਾਂ ਨੇ ਦਿੱਤਾ, ਔਰ ਸ਼੍ਰੋਮਣੀ ਅਕਾਲੀ ਦਲ ਹਰ ਵਰਗ ਦਾ ਸਤਿਕਾਰ ਕਰੇ, ਹਰ ਵਰਗ ਦਾ, ਕਿਉਂਕਿ ਮੈਂ ਇਹ ਜ਼ਰੂਰ ਦੇਖਿਆ ਥੋੜੇ ਚਿਰ ਚ, ਕਈ ਥੋੜੇ ਸਮੇਂ ਚ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ, ਕਹਿਣ ਨੂੰ ਤੁਸੀਂ ਸੀ ਐਮ ਓ, ਕਹਿਣ ਨੂੰ ਤੁਸੀਂ ਇਹਦੇ ਉੱਚ ਉੱਤੇ ਦਿਓ, ਤੁਹਾਡੀ ਲੈਂਗੁਏਜ ਸਿਵਲਾਈਜ਼ ਹੋਣੀ ਚਾਹੀਦੀ, ਤੁਹਾਡੀ ਕਿਸੇ ਵਿਕਾਸ ਵਰਗੇ ਨੂੰ ਕਿਤੇ ਬਹੁਤ ਹੀ ਅਨਸਿਵਲਾਈਜ਼ ਭਾਸ਼ਾ ਵਰਤਣੀ, ਇਹ ਕਿਤੇ ਵੀ ਵਾਜਬ ਨਹੀਂ, ਇਹ ਗੈਰ ਵਾਜਬ ਹੈ। ਔਰ ਮੈਂ ਮੈਨੂੰ ਅੰਦਰੋਂ ਵੀ ਸਹੀ ਲੱਗੀ, ਬਾਦਲ ਸਾਹਿਬ ਨੇ ਮੇਰੇ ਮੈਨੂੰ ਵੀ ਇੱਕ ਆਫਿਸਰ ਨੂੰ, ਮੈਂ ਤੁਹਾਡੇ ਸਾਹਮਣੇ ਆਪਣਾ ਜ਼ਿਕਰ ਕਰਤਾ, ਮੇਰੇ ਕਮਿਊਨਿਟੀ ਕੀ ਲਿਆ, ਮੈਨੂੰ ਇੰਨਾ ਪਿਆਰ ਦਿੱਤਾ, ਇੰਨਾ ਇੱਜ਼ਤ ਮੈਨੂੰ ਮਿਲੀ ਇੱਥੇ, ਔਰ ਮੈਂ ਬਹੁਤ ਦਿਲੋਂ ਇੱਕ ਸਿੰਪਲ ਵਰਕਰ, ਇੱਕ ਸੇਵਾ ਕਰਨ ਦੇ ਭਾਵਨਾ ਆਇਆ। ਮੈਂ ਕੋਈ ਮੈਨੂੰ ਸਵਾਲ ਜਿਹੜਾ ਮਰਜ਼ੀ ਨੂੰ ਪੁੱਛੀ ਜਾਂਦੇ, ਵਾਰ ਵਾਰ ਪੁੱਛਦੇ ਆ ਵੀ ਇਹੋ ਜਿਹੀ, 1% ਵੀ ਕੋਈ ਇਹੋ ਜਿਹੀ ਕੋਈ ਲਾਲਚ ਵੈਸਟਰਨ ਇੰਟਰਸਟ ਲੈ ਕੇ, ਨਾ ਮੈਂ ਡੀ ਐਚ ਓ ਸ਼ਿਫਟ ਕੀਤੀ ਕਿਸੇ ਵੈਸਟਰਨ ਇੰਟਰਸਟ 'ਤੇ, ਨਾ ਮੈਂ ਹੁਣ ਕਿਸੇ ਵੈਸਟਰਨ ਇੰਟਰਸਟ 'ਤੇ।